ਸਾਡੀ ਰਾਤਾਂ ਦੀ ਉੱਡ ਗਈ ਨੀਂਦ ਜਦੋਂ ਤੇਰੇ ਨਾਲ ਲਾਈਆਂ। ਉਹ ਕਿਹਦੀਆਂ ਜਾਜਾਂ ਜੋ ਡੁੱਬਿਆ ਬਾਬਾ? ਤਾਇਆ ਆ ਜਾ, ਆ ਲੈ ਰੋਟੀ ਖਾ ਲਾ। ਰੋਟੀ? ਉਹ ਰੋਟੀ ਦੀ ਭੁੱਖ ਨੀ ਹੈਗੀ ਮੈਨੂੰ। ਰੋਟੀ ਦੀ ਭੁੱਖ ਨੀ ਨਾ, ਤੇ ਭੁੱਖ ਕਾਹਦੀ ਆ? ਭੁੱਖ ਭੁੱਖ ਮੈਨੂੰ ਮੇਰੀ ਹਣੀ ਦੀ ਆ। ਹਣੀ ਦੀ? ਹਾਂ। ਉਹ ਡਾਕਟਰ ਨੇ ਤੈਨੂੰ ਸ਼ੂਗਰ ਦੱਸੀ ਆ, ਤੂੰ ਹਣੀ ਮੰਗਣ ਡਿਆ? ਓਹੋ, ਉਹ ਤਾਇਆ ਉਹ ਹਣੀ ਨੀ, ਮੇਰੀ ਆਪਣੀ ਹਣੀ, ਮੇਰੀ ਹਣੀ, ਮੇਰੀ ਹਣੀ, ਹਣੀ ਪ੍ਰੀਤ, ਮੇਰੀ ਹਣੀ ਪ੍ਰੀਤ। ਕਿੱਦਾਂ ਅੱਗ ਲੱਗੀ ਆ? ਤੂੰ ਅੱਗ ਦੀ ਗੱਲ ਕਰਦਾ, ਮੇਰੇ ਅੰਦਰ ਭਾਂਬੜ ਮੱਚੀ ਜਾਂਦੇ ਆ। ਭਾਂਬੜ ਮੱਚੇ ਲੈ ਆ ਗਈ ਆ, ਮਿਲ ਲਾ, ਨਹੀਂ ਰੋਟੀ ਖਾਣੀ ਤਾਂ ਦਫਾ ਹੋ, ਆ ਇਹਨੂੰ ਪਾਲਾ ਮੂੰਹ ਚ। ਚਾਰਾ ਤੁਝੇ ਪਾ ਕੇ ਰੱਬ ਪਾ ਲਿਆ, ਤੁਝੇ ਪਾ ਕੇ ਯੇ ਚਾਰਾ, ਤੁਝੇ ਪਾ ਕੇ ਰੱਬ ਪਾ ਲਿਆ, ਤੁਝੇ ਪਾ ਕੇ। ਜਾਨੂ ਪਿਤਾ ਜੀ, ਤੁਸੀਂ ਗੁਫਾ ਚ ਨਹੀਂ ਹੋ, ਜੇਲ ਚੋ। ਤੈਨੂੰ ਮੇਰੀ ਯਾਦ ਨੀ ਆਈ ਕਿਤੇ? ਯਾਦ ਨੀ ਆਈ? ਯਾਦ ਕਰ ਕਰ ਤਾਂ ਅੱਜ ਤੱਕ ਇਹੋ ਜਿਹੇ ਸਿਆਪੇ ਪਏ ਨੇ। ਸਿਆਪੇ ਨਾ ਹੋਰ ਕਿਦਾਂ, ਬਾਬਾ ਤੈਨੂੰ ਤਾਂ ਸਾਰੇ ਭੁੱਲ ਗਏ, ਲੱਭਣ ਤਾਂ ਮੈਨੂੰ ਡੇ ਨੇ। ਮੈਨੂੰ ਭੁੱਲ ਗਏ ਤਾਂ ਹੋਰ ਕੀ? ਨਹੀਂ ਹਣੀ ਨਹੀਂ, ਮੈਨੂੰ ਮੇਰੇ ਪ੍ਰੇਮੀ ਨਹੀਂ ਭੁੱਲ ਸਕਦੇ। ਘੱਟੋ ਘੱਟ ਮੇਰੀਆਂ ਫਿਲਮਾਂ ਦੇਖ ਕੇ ਤਾਂ ਮੈਨੂੰ ਯਾਦ ਕਰਦੇ ਹੋਏ ਕਰਦੇ ਨੇ ਨਾ? ਆਹੋ ਕਰਦੇ ਨੇ, ਕਹਿੰਦੇ ਜੇ ਇਹੋ ਜਿਹੀਆਂ ਸਾਲੇ ਨੇ ਫਿਲਮਾਂ ਬਣਾਈਆਂ, 10 ਸਾਲ ਹੋਰ ਠੋਕੋ। ਬੜੀ ਮਾੜੀ ਕੀਤੀ ਕੰਜਰਾਂ ਨੇ। ਨਾ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਨਾਮ ਚਰਚਾ ਕਰਾਂ ਚ ਮਾੜੇ ਕੰਮ ਨਾ ਕਰੋ, ਮਾੜੀ ਸੋਚ ਨਾ ਰੱਖੋ। ਓ ਕਮਲੀਏ, ਤੂੰ ਸਮਝੀ ਨੀ, ਮੇਰੇ ਕਹਿਣ ਦਾ ਮਤਲਬ ਆ ਵੀ ਤੁਸੀਂ ਨਾ ਮਾੜੇ ਕੰਮ ਕਰਿਓ, ਮੈਂ ਆਪੇ ਕਰ ਲੂ। ਨਾ ਮੇਰੀ ਗੱਲ ਸੁਣ, ਮੈਨੂੰ ਕਸੂਤੀ ਜੀ ਬਿਮਾਰੀ ਚੁੰਮੜ ਗਈ। ਹੁਣ ਕੀ ਹੋ ਗਿਆ? ਲੈਕਾ ਨਾ ਕਰ, ਮੈਂ ਤੈਨੂੰ ਦੱਸਾਂ। ਓਏ ਹੋਏ ਬਾਬਾ, ਇਹੋ ਜਿਹੀਆਂ ਗੱਲਾਂ ਹੁਣ ਕੰਨਾਂ ਚ ਕਰਨ ਜੋਗੀਆਂ ਨੀ ਰਹੀਆਂ। ਕੀ ਮਤਲਬ ਤੇਰਾ? ਇਹ ਮੀਡੀਆ ਵਾਲਿਆਂ ਨੇ ਤਾਂ ਘਰਾ ਘਰਾ ਤੱਕ ਪਹੁੰਚਾ ਦਿੱਤੀਆਂ। ਤੁਹਾਡਾ ਬੇੜਾ ਬਹਿ ਜੇ ਇਹੋ ਜਿਹਾ। ਨਾ ਬਾਬਾ, ਹੁਣ ਤੂੰ ਮੇਰੀ ਇੱਕ ਗੱਲ ਮੰਨ, ਆ ਜੇਲ੍ਹ ਚ ਵੀ ਤੈਨੂੰ ਸਾਰੇ ਮਾਰਨ ਨੂੰ ਫਿਰਦੇ ਨੇ ਸਾਰੇ ਕੈਦੀ। ਦੋਣਾ ਚ ਰਹਿ ਕੇ ਨਾਮ ਚਰਚਾ ਕਰਿਆ ਕਰ, ਸਤਸੰਗ ਕਰਿਆ ਕਰ, ਤੇਰੇ ਮਨ ਨੂੰ ਕਿਤੇ ਸ਼ਾਂਤੀ ਮਿਲੇ। ਮਨ ਨੂੰ ਤਾਂ ਮਿਲ ਜੂ, ਤੁਹਾਨੂੰ ਕਿਵੇਂ ਮਿਲੂ? ਨਾਲੇ ਗੱਲ ਸੁਣ ਓਏ ਕਮਲੀਏ, ਨਾਮ ਚਰਚਾ ਮੈਨੂੰ ਬੰਦਿਆਂ ਚ ਨੀ ਆਉਂਦੀ, ਜਨਾਨੀਆਂ ਚ ਆਉਂਦੀ। ਓਏ ਹੋਏ ਬਾਬਾ, ਆ ਜਿਹੜੀ ਇੱਕੋ ਇੱਕ ਜਨਾਨੀ ਸੀਗੀ ਨਾ, ਹੁਣ ਉਹ ਵੀ ਚੱਲੀ ਆ। ਰਹਿ ਇੱਥੇ ਹੁਣ ਤੂੰ 20 ਸਾਲ ਘੱਟ, ਇੱਥੇ ਹੁਣ ਤੂੰ ਆਪਣੀ ਸਜ਼ਾ ਚੱਲੀ ਹਣੀ। ਨਹੀਂ ਹਣੀ, ਚੱਲੀ ਹਣੀ, ਨਹੀਂ ਚੱਲੀ, ਤੂੰ ਤਾਂ ਰਹਿ ਆਪਣੇ ਕਾਰਨਾਮਿਆਂ ਕਰਕੇ 20 ਸਾਲ ਦੀ ਸਜ਼ਾ। ਕਿੱਥੇ ਜਾਵਾਂ ਤੇ ਕਿੱਥੇ ਲੁਕਾਂ, ਜਿਵੇਂ ਅੱਜ ਮੈਂ ਭਟਕਦੀ ਫਿਰਦੀ ਹਾਂ, ਕਿਤੇ ਤੁਸੀਂ ਵੀ ਇਹੋ ਜਿਹੇ ਲੋਟੂ ਬਾਬਿਆਂ ਦਾ ਸ਼ਿਕਾਰ ਨਾ ਹੋ ਜਾਈਏ।